ਇਹ ਕੀ ਵਾਕਿਆਤ ਹੋਇਆ ਜਿਹੜਾ ਮਿਲ 'ਚ ਹੋਇਆ ਇਹ? ਭਾਜੀ ਅਸੀਂ ਗੰਨਾ ਲੈ ਕੇ ਆਏ ਸੀਗੇ ਉੱਥੇ, ਇਹਨਾਂ ਦੀ ਰਾਤ ਨੂੰ 9:30 ਵਜੇ ਯਾਨੀ ਕਿ ਟ੍ਰੇਨ ਜਿਹੜੀ ਨਾ ਖਰਾਬ ਹੋ ਗਈ, ਬੱਤੀ ਬੰਦ ਹੋ ਗਈ ਉਹਨਾਂ ਦੀ। ਅੱਛਾ, ਉਹ ਮਿਲ ਕਹਿੰਦੇ ਨੇ ਟਰਬਾਈਨ ਟ੍ਰਿਪ ਹੋ ਗਈ ਆ। 5-6 ਘੰਟੇ ਮਿਲ ਖੜੀ ਰਹੀ ਆ। ਠੀਕ ਹੈ। ਜਦੋਂ ਸਵੇਰ ਨੂੰ ਚੱਲੀ ਆ ਮਿਲ 7:15-7 ਵਜੇ, ਉਦੋਂ ਕੰਡੇ 'ਚ ਫਲਟ ਪਿਆ। ਠੀਕ। ਫਲਟ ਪਿਆ ਤਾਂ ਜਦੋਂ ਸਾਡੀ ਤਾਰੀ ਤਲ ਕੇ ਗਈ ਆ, ਉਸ ਤੋਂ ਬਾਅਦ ਦੋ ਮੁਲਾਜ਼ਮ ਦੇ ਨਾਲ ਜਿਮੀਦਾਰ ਭਰਾ ਉਹ ਆਏ ਆ, ਵੀ ਕੋਈ ਫਰਕ ਲੱਗਾ ਕੰਡੇ 'ਚ? ਮੈਂ ਕਿਹਾ ਯਾਰ ਲੱਗਾ, ਵੀ ਗੰਨੇ ਜ਼ਿਆਦਾ ਸੀਗੇ ਤਾਂ ਕੰਡਾ ਥੋੜ੍ਹੇ ਦੱਸਣ ਡਿਆ। ਫਿਰ ਉਹਨੇ ਕਿਹਾ ਵੀ ਤੁਸੀਂ ਦੂਜੇ ਕੰਡੇ ਚੜੋ, ਅਤੇ ਮੈਂ ਕਿਹਾ ਰੱਸੇ ਖੋਲ ਲਿਆ ਵੀ ਸ਼ਾਇਦ ਲੱਤ ਨਾ ਹਿੱਲ ਜਾਏ। ਤਾਂ ਉਸ ਤੋਂ ਬਾਅਦ ਮੁੜ ਕੇ ਦੂਜੇ ਕੰਡੇ ਚੜ੍ਹੀ ਆ, ਅਤੇ ਸਾਡਾ ਜਿਹੜਾ ਤੋਲ ਆ ਉਹ 36 ਪਾਉਂਡ ਦਾ ਫਰਕ ਪਿਆ। ਅੱਛਾ। ਹਾਂਜੀ, ਤਾਂ ਉਹ ਕੰਡੇ 'ਚ ਖਰਾਬੀ ਆ ਗਈ। ਉਹ ਕੰਡੇ 'ਚ ਖਰਾਬੀ ਆ ਗਈ। ਫਿਰ ਪਹਿਲਾਂ ਕੋਈ ਖਰਾਬੀ ਨਹੀਂ ਸੀਗੀ ਕੰਡੇ 'ਚ, ਪਿਛਲੇ ਸਾਲ ਵੀ ਗੰਨਾ ਲਿਆਉਂਦੇ ਰਹੇ ਆਪਾਂ, ਬਿਲਕੁਲ ਸਹੀ ਸੀਗਾ। ਠੀਕ। ਹਲਾ ਕੇ ਜਾਂਦੇ ਹਾਂ। ਅਤੇ ਫਿਰ ਮਿਲ ਵਾਲਿਆਂ ਨੇ ਕੀ ਕੀਤਾ? ਉਹ ਫਿਰ ਕੰਡੇ ਦਾ ਰਿਪੇਅਰ ਕੀਤੀ ਜਾਂ ਫਿਰ ਦੂਜਾ ਕੰਡਾ ਨਹੀਂ ਚਲਾਤਾ ਜਿਹਦੇ 'ਤੇ ਖਾਲੀ ਤੋਰ ਦੇ? ਉਹ ਕੰਡਾ ਵੀ ਸਾਰਾ ਦਿਨ ਚੱਲਿਆ ਇਹਨਾਂ ਦਾ, ਅਤੇ ਉਹਨੂੰ ਟਾਈਮ ਲੱਗਣਾ ਸੀਗਾ ਥੋੜ੍ਹਾ ਜਿਹਾ, ਫਿਰ ਬੰਦੇ ਸੱਜਣੇ ਫਿਰ ਹੀ ਠੀਕ ਹੋਣਾ ਸੀ ਉਹ ਕੰਡਾ। ਅਤੇ ਇਹ ਤੋਂ ਬਾਅਦ 'ਚ ਫਿਰ ਜਿਮੀਦਾਰ ਉੱਥੇ ਹੋਰ ਵੀ ਇਕੱਠੇ ਹੋਏ ਹੋਣੇ ਕੀ ਤੁਹਾਡੀ? ਇਹ ਜਿਮੀਦਾਰ ਭਰਾ ਇਕੱਠੇ ਗਏ, ਹੁਣ ਵਟਸਐਪ ਉਹਨਾਂ ਕੋਲ ਹੈਗੇ ਸਾਰਿਆਂ ਕੋਲ, ਉਹਨੇ ਉਹਦੇ ਮਿੰਟੋ ਮਿੰਟ ਹੀ ਮੂਵੀ ਬਣਾਤੀ ਆ। ਸਾਡੇ ਕੋਲ ਹੈ ਨਹੀਂ, ਸਾਡੇ ਕੋਲ ਸਾਦੇ ਫੋਨ ਹੈਗੇ ਆ, ਤਾਂ ਆਪਾਂ ਭਾਈ ਹੋਣਾ ਪੁੱਛਦਾ ਉੱਤੇ ਸੀਗੇ ਬੈਠੇ ਟੈਂਟ 'ਤੇ। ਕੀ ਹੁਣ ਤੁਹਾਡੀ ਤਸੱਲੀ ਉਹ ਕਰਵਾਤੀ ਸੀ ਮਿਲ ਵਾਲਿਆਂ ਨੇ ਫਿਰ? ਹਾਂਜੀ, ਅਸੀਂ ਅੱਜ ਵੀ ਇਹਨਾਂ ਨੂੰ ਕਿਹਾ ਵੀ ਸਾਨੂੰ ਉਸੇ ਨਾਲ ਹੀ ਪਾ ਜਾਈਦਾ, ਕੱਲ੍ਹ ਨੂੰ ਗੰਨਾ ਲੈ ਕੇ ਆਵਾਂਗੇ, ਜੇ ਬਾਹਲੀ ਗੱਲ ਆ ਕੱਲ੍ਹ ਵੀ ਅਸੀਂ ਆਉਣਾ ਗੰਨਾ ਲੈ ਕੇ, ਅਤੇ ਕੋਈ ਇੱਦਾਂ ਦਾ ਕੋਈ ਚੱਕਰ ਨਹੀਂ। ਚਲੋ ਠੀਕ ਹੈ, ਧੰਨਵਾਦ। ਅਸੀਂ ਤਾਂ ਜੀ 93 ਦਾ ਆਉਣੇ ਹਾਂ, 120-125 ਕਿਲੋ ਗੰਨੇ ਦੇ ਬੀਜ, ਅਤੇ ਕਦੀ ਕੋਈ ਕੰਡੇ ਵਿੱਚ ਸਾਨੂੰ ਤਾਂ ਨਹੀਂ ਪ੍ਰੋਬਲਮ ਆਈ। ਇਹ ਫਿਰ ਜਿਹੜਾ ਰੌਲਾ ਵਗੈਰਾ ਪਾ ਰਹੇ ਨੇ ਇਹ ਤਾਂ ਜੀ ਹੁਣ ਅਸੀਂ ਤਾਂ ਕੱਲ੍ਹ ਹਾਜ਼ਰ ਨਹੀਂ ਸੀਗੇ ਉੱਦਾਂ, ਅਤੇ ਕਹਿੰਦੇ ਵੀ ਮਾਲਿਆ ਕੰਡੇ 'ਚ ਕੋਈ ਖਰਾਬੀ ਆ ਗਈ, ਸਾਡੇ ਤਾਂ ਉਦੋਂ ਕਦੀ ਵੀ ਟਰਾਲੀ ਲੈ ਰੌਲਾ ਗੋਲਾ ਉਹ ਸਾਡਾ ਕੰਮ ਬਣਿਆ ਅੱਧੀ ਆ, ਅਸੀਂ ਚਲ ਗਏ, ਹੁਣ ਬਾਅਦ 'ਚ ਹੋਇਆ ਕੰਮ ਸਹੀ ਨਹੀਂ ਹੈ। ਯਾਨੀ ਕਿ ਤੁਹਾਡੀ ਤਸੱਲੀ ਆ ਪੂਰੀ? ਤੁਹਾਡੀ ਤਸੱਲੀ। ਤੁਸੀਂ ਕਿੰਨੇ ਵਜੇ ਖਾਲੀ ਕਰਕੇ ਗਏ? ਅਸੀਂ ਤੜਕੇ ਚਲ ਗਏ। ਤੜਕੇ ਚਲ ਗਏ।